ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਹੋਸਟ ਅਤੇ ਹੋਸਟ ਗੁਰਬਲੋਗਰ। ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਚੋਲਾ ਸਾਹਿਬ, ਜੋ ਕਿ ਪਿੰਡ ਘਟਾਣੀ ਕਲਾਂ ਵਿੱਚ ਬਣਿਆ ਹੋਇਆ ਹੈ। ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ। ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਾਤਸ਼ਾਹੀ ਛੇਵੀਂ ਘਟਾਣੀ ਕਲਾਂ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 25 ਫੱਗਣ 1688 ਬਿਕਰਮੀ 1631 ਈਸਵੀ ਨੂੰ ਘਟਾਣੀ ਕਲਾਂ ਨਗਰ ਵਿੱਚ ਆਪਣੇ ਪਵਿੱਤਰ ਚਰਨ ਪਾਏ। ਪਿੰਡ ਦੇ ਬਾਹਰ ਇੱਕ ਚੰਗੀ ਥਾਂ ਦੇ ਕੇ ਦਰਖਤ ਹੇਠ ਕਮਰਕਸਾ ਖੋਲ੍ਹਿਆ ਅਤੇ ਦਮ ਲਿਆ। ਇਸ ਸਥਾਨ 'ਤੇ ਰਹਿਣ ਵਾਲੇ ਸਾਧੂ ਤਪਸਵੀ ਨੇ ਸਤਿਗੁਰੂ ਜੀ ਨੂੰ ਜਲ ਚੁਕਾਇਆ ਸੀ। ਉਸ ਸਾਧੂ ਨਾਲ ਪਰਮਾਰਥ ਬਚਨ ਬਿਲਾਸ ਕੀਤੇ ਅਤੇ ਵਰਦਾਨ ਦਿੱਤਾ। ਹੁਣ ਇਸ ਸਥਾਨ 'ਤੇ ਸ੍ਰੀ ਗੁਰਦੁਆਰਾ ਸਾਹਿਬ ਜੀ ਸੁਸ਼ੋਭਿਤ ਹੈ। ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਇੱਥੇ ਸਤਿਗੁਰੂ ਜੀ ਦੀਵਾਨ ਸਜਾਇਆ ਕਰਦੇ ਸਨ। ਇਸੇ ਜਗ੍ਹਾ 'ਤੇ ਸਤਿਗੁਰੂ ਜੀ ਦਾ ਘੋੜਾ ਬੰਨ੍ਹਣ ਲਈ ਕੀਲਾ ਗੱਡਿਆ, ਜੋ ਕਿ ਅੱਜ ਨਿੰਮ ਦੇ ਦਰਖਤ ਵਿੱਚ ਮੌਜੂਦ ਹੈ। ਇੱਥੇ ਸਤਿਗੁਰੂ ਜੀ ਦੇ 52 ਕਲੀਆਂ ਵਾਲੇ ਚੋਲਾ ਸਾਹਿਬ ਜੀ, ਜਿਸ ਨਾਲ ਗੁਰੂ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ 52 ਕੈਦੀ ਰਾਜਿਆਂ ਨੂੰ ਰਿਹਾਅ ਕਰਵਾਇਆ, ਚੋਲਾ ਮੌਜੂਦ ਹੈ। ਸੁਨਹਿਰੀ ਅੱਖਰਾਂ ਵਾਲੀ 5 ਗ੍ਰੰਥੀ ਸਾਹਿਬ, ਜਿਸ ਤੋਂ ਸਤਿਗੁਰੂ ਜੀ ਨੇ ਨਿਤਨੇਮ ਕਰਿਆ ਕਰਦੇ ਸਨ, ਅਤੇ ਇੱਕ ਚਰਨਾ ਦਾ ਜੋੜਾ ਵੀ ਮੌਜੂਦ ਹੈ। ਹੁਣ ਇਸ ਸਥਾਨ 'ਤੇ ਗੁਰਦੁਆਰਾ ਚੋਲਾ ਸਾਹਿਬ ਸੁਸ਼ੋਭਿਤ ਹੈ। ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ 52 ਕਲੀਆਂ ਵਾਲੇ ਚੋਲਾ ਸਾਹਿਬ ਜੀ ਦੇ। ਗੁਰੂ ਹਰਗੋਬਿੰਦ ਸਿੰਘ ਜੀ ਨੇ ਦੀਵਾਲੀ ਵਾਲੇ ਦਿਨ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਰੀ ਕਰਵਾਇਆ ਸੀ। ਉਹਨਾਂ ਰਾਜਿਆਂ ਨੇ ਇਸ ਚੋਲਾ ਸਾਹਿਬ ਦੀਆਂ 52 ਕਲੀਆਂ ਨੂੰ ਪਕੜ ਕੇ ਉਹਨਾਂ ਗੁਰੂ ਹਰਗੋਬਿੰਦ ਸਿੰਘ ਜੀ ਨਾਲ ਕਿਲ੍ਹੇ ਤੋਂ ਬਾਹਰ ਆਏ ਸਨ। ਅੱਜ ਮੇਰੇ ਅਤੇ ਮੇਰੀ ਪਤਨੀ ਦੇ ਵਿਆਹ ਨੂੰ 9 ਸਾਲ ਹੋ ਗਏ ਹਨ। ਬਾਬਾ ਜੀ ਸਾਡੇ ਉੱਤੇ ਇਸੇ ਤਰ੍ਹਾਂ ਆਪਣੀ ਮਿਹਰ ਬਣਾਈ ਰੱਖਿਓ। ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਇੱਕ ਜੋੜਾ ਸਾਹਿਬ ਦਾ। ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਪਾਵਨ ਪੋਥੀ 5 ਗ੍ਰੰਥੀ ਸਾਹਿਬ। ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਪਸੰਦ ਆਈ ਹੋਵੇਗੀ। ਜੇਕਰ ਇਹ ਕੋਸ਼ਿਸ਼ ਪਸੰਦ ਆਈ ਹੋਵੇ ਤਾਂ ਮੇਰੇ ਚੈਨਲ ਗੁਰਬਲੋਗਰ ਨੂੰ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ, ਤਾਂ ਕਿ ਅੱਗੇ ਤੋਂ ਵੀ ਅਸੀਂ ਤੁਹਾਨੂੰ ਹੋਰ ਧਾਰਮਿਕ ਜਗ੍ਹਾ ਦੇ ਦਰਸ਼ਨ ਕਰਾਉਂਦੇ ਰਹੀਏ। ਗੁਰੂ ਸਾਹਿਬ ਜੀ ਨੇ ਵਿਦਾਇਗੀ ਸਮੇਂ ਨਗਰ ਨੂੰ ਇਹ ਵਰ ਬਖਸ਼ੇ, ਘੁੜਾਣੀ ਨਗਰ ਨੂੰ ਬਾਹਰੋਂ ਆਏ ਦੁਸ਼ਮਣ ਹਰਾ ਨਹੀਂ ਸਕੇਗਾ, ਕੁਦਰਤੀ ਆਫਤਾਂ ਪਿੰਡ ਦਾ ਕੋਈ ਨੁਕਸਾਨ ਨਹੀਂ ਕਰ ਸਕਣਗੀਆਂ। ਇਹ ਪਿੰਡ ਬਹੁਤ ਵਧੇਗਾ, ਫੁੱਲੇਗਾ ਅਤੇ ਘੁੜਾਣੀ ਤੋਂ ਘੁੜਾਣ ਬਣੇਗਾ। ਤੁਸੀਂ ਦਰਸ਼ਨ ਕਰ ਰਹੇ ਹੋ ਨਿੰਮ ਸਾਹਿਬ ਦੇ। ਇਸ ਨਿੰਮ ਸਾਹਿਬ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਇੱਥੇ ਹਾਜ਼ਰੀਆਂ ਭਰਨ ਨਾਲ ਗਲਹੀਰਾਂ ਅਤੇ ਹੋਰ ਬਿਮਾਰੀਆਂ ਤੋਂ ਵੀ ਆਰਾਮ ਆਉਂਦਾ ਹੈ।